ਸਤਿ ਸ਼੍ਰੀ ਅਕਾਲ ਜੀ, ਤੁਸੀਂ ਪ੍ਰਾਈਮ ਏਸ਼ੀਆ ਟੈਲੀਵਿਜ਼ਨ ਦੇਖ ਰਹੇ ਹੋ। ਮੈਂ ਹਾਂ ਸਵਰਨ ਸਿੰਘ ਟੈਣਾ ਅਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਹਾਜ਼ਰ ਹਾਂ। ਪਿਛਲੇ ਕਈ ਦਿਨਾਂ ਤੋਂ ਇੱਕੋ ਜਿਹੀਆਂ ਖਬਰਾਂ ਪੜ੍ਹਨ ਨੂੰ ਮਿਲਦੀਆਂ, ਸੁਣਨ ਨੂੰ ਮਿਲਦੀਆਂ ਅਤੇ ਦੇਖਣ ਨੂੰ ਮਿਲਦੀਆਂ, ਕਿਉਂਕਿ 7 ਤਰੀਕ ਦਾ ਰੌਲਾ। 7 ਤਰੀਕ ਮੈਂ ਅੱਜ ਇਹ ਸੋਚ ਰਿਹਾ ਸੀ ਵੀ ਜੇਕਰ ਸਾਡੇ ਕੈਲੰਡਰ ਦੇ ਵਿੱਚ ਨਾ ਹੁੰਦੀ ਤਾਂ ਪਤਾ ਨਹੀਂ ਪੰਜਾਬ ਦਾ ਕਿਹੜਾ ਵਿਕਾਸ ਰੁਕ ਜਾਣਾ ਸੀ। ਹੁਣ ਤਾਂ ਇਹੋ ਜਾਪਦਾ ਵੀ ਸਭ ਤੋਂ ਮਹੱਤਵਪੂਰਨ ਤਰੀਕ 7 ਅਕਤੂਬਰ ਰਹਿ ਗਈ ਹੈ। ਬਸ 7 ਬਿਨਾਂ ਸਾਡੇ ਸਾਰੇ ਕੰਮ ਖੜ੍ਹ ਜਾਣੇ ਸੀ। ਹਰ ਰੋਜ਼ ਅਖਬਾਰਾਂ ਦੇ ਵਿੱਚ ਇੱਕੋ ਜਿਹੀਆਂ ਖਬਰਾਂ ਪੜ੍ਹਦੇ ਹਾਂ ਕਿ ਸਾਡੀ ਰੈਲੀ ਇਤਿਹਾਸਕ ਹੋਵੇਗੀ, ਵਿਰੋਧੀਆਂ ਨੂੰ ਭਾਜੜਾਂ ਪਾ ਦੇਵੇਗੀ, ਅਸੀਂ ਇਹੋ ਜਿਹਾ ਇਕੱਠ ਕਰਾਂਗੇ ਜਿਹਨੇ ਇਤਿਹਾਸ ਸਿਰਜ ਦੇਣਾ। ਫਿਰ ਦੂਜਾ ਕਹਿੰਦਾ ਜੀ ਇਹਨਾਂ ਦੇ ਪੱਲੇ ਕੱਖ ਨਹੀਂ, ਅਸੀਂ ਤਾਂ ਪੰਡਾਲ ਵੀ ਬਹੁਤ ਵੱਡਾ ਲਾਉਣ ਲੱਗੇ ਹਾਂ, ਤੰਬੂ ਲਾਉਣ ਦੀਆਂ ਤਿਆਰੀਆਂ ਸਿਰੇ ਦੇ ਉੱਤੇ ਆ, ਤਿਆਰੀਆਂ ਦਾ ਫਲਾਣੇ ਆਗੂ ਦੇ ਵੱਲੋਂ ਜਾਇਜ਼ਾ ਲਿਆ ਗਿਆ। ਕੋਈ ਕਹਿੰਦਾ ਜੀ ਫਲਾਣੇ ਦੀ ਰੈਲੀ ਵਿੱਚ ਬਿਲਕੁਲ ਨਾ ਜਾਇਓ, ਕੋਈ ਕਹਿੰਦਾ ਸਿਰਫ ਸਾਡੀ ਰੈਲੀ ਵਿੱਚ ਆਇਓ, ਕੋਈ ਕਹਿੰਦਾ ਸਾਡੇ ਰੋਸ ਪ੍ਰਦਰਸ਼ਨ 'ਚ ਆਇਓ। ਭਗਵੰਤ ਮਾਨ ਹੋਰੀ ਕਹਿੰਦੇ ਵੀ ਅਸੀਂ 7 ਤਰੀਕ ਨੂੰ ਆਪਣੇ ਸਮਰਥਕਾਂ ਦੇ ਨਾਲ ਕੈਪਟਨ ਦੇ ਘਰ ਦਾ ਘਿਰਾਓ ਕਰਨ ਜਾਣਾ, ਉੱਥੇ ਜ਼ਰੂਰ ਆਇਓ। ਹੁਣ ਲੋਕ ਇਹ ਸਵਾਲ ਕਰਦੇ ਆ ਵੀ ਭਗਵੰਤ ਮਾਨ ਜੀ ਤੁਸੀਂ ਜਾਓਗੇ ਕੈਪਟਨ ਦੇ ਘਰ ਨੂੰ ਘੇਰਨ, ਕੈਪਟਨ ਹੋਰੀ ਆਪਣੇ ਲਾਮ ਲਸ਼ਕਰ ਦੇ ਸਮੇਤ ਹੋਣਗੇ ਲੰਬੀ ਦੇ ਵਿੱਚ, ਆਪਾਂ ਖਾਲੀ ਘਰ ਨੂੰ ਕਿਹੜੀ ਗੱਲੋਂ ਘੇਰਨ ਜਾਣਾ? ਆਪਾਂ ਉਹਨਾਂ ਦੀ ਕੋਠੀ ਦੀਆਂ, ਆਪਾਂ ਮਹਿਲ ਦੀਆਂ ਇੱਟਾਂ ਗਿਣਨ ਜਾਣੀਆਂ ਜਾਂ ਕੋਈ ਹੋਰ ਕੰਮ ਆ? ਜ਼ਰਾ ਸੋਚ ਕੇ ਤੁਸੀਂ ਪ੍ਰਦਰਸ਼ਨ ਕਰੋ। ਆਪਾਂ 7 ਤਰੀਕ ਹੀ ਕਿਉਂ ਕਰਨਾ? 8 ਨੂੰ ਕਰ ਲਾਂਗੇ, 9 ਨੂੰ ਕਰ ਲਾਂਗੇ, 10 ਨੂੰ ਕਰ ਲਾਂਗੇ, ਤਰੀਕਾਂ ਅੱਗੇ ਵੀ ਸੁੱਖ ਨਾਲ ਬਥੇਰੀਆਂ ਆਉਂਦੀਆਂ। ਯਾਨੀ ਕਿ ਸਭ ਦੇ ਆਪੋ ਆਪਣੇ ਵਿਚਾਰ ਆ। ਪਰ ਅੱਜ 4-5 ਖਬਰਾਂ ਇਹੋ ਜਿਹੀਆਂ ਆਈਆਂ ਜਿਨ੍ਹਾਂ ਨੂੰ ਪੜ੍ਹ ਕੇ ਮੈਨੂੰ ਨਿੱਜੀ ਤੌਰ ਦੇ ਉੱਤੇ ਦੁੱਖ ਵੀ ਹੋਇਆ ਅਤੇ ਹਾਸਾ ਵੀ ਆਇਆ ਕਿ ਪੰਜਾਬ ਦੇ ਲੋਕ ਵੀ ਲਾਈ ਲੱਗ, ਪੰਜਾਬ ਦੇ ਨੇਤਾ ਵੀ ਉਹੋ ਜਿਹੋ ਜਿਹੀ ਕੋਕੋ ਅਤੇ ਉਹੋ ਜਿਹੇ ਬੱਚੇ। ਪਹਿਲੀ ਖਬਰ ਤਾਂ ਵਿਰਸਾ ਸਿੰਘ ਵਲਟੋਹਾ ਦੇ ਹਵਾਲੇ ਨਾਲ ਆਈ ਹੈ। ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ, ਕਹਿੰਦੇ ਜੀ ਬਰਗਾੜੀ ਦੇ ਮੋਰਚੇ ਦੇ ਵਿੱਚ ਇੱਕ ਪੰਥਕ ਆਗੂ ਬੈਠਾ, ਉਹਦਾ ਨਾਂ ਹੈਗਾ ਸੁਖਦੇਵ ਸਿੰਘ। ਸੁਖਦੇਵ ਸਿੰਘ ਅਤੇ ਉਹਦੇ ਪੁੱਤ ਨੇ ਫਲਾਣੀ ਇੱਕ ਔਰਤ ਆ ਜਿਹੜੀ ਉਹਦੇ ਨਾਲ ਇਹੋ ਜਿਹੇ ਸੰਬੰਧ ਬਣਾਏ ਆ। ਉਹਨਾਂ ਨੇ ਕੁਝ ਕੁ ਉਹਨਾਂ ਦੀਆਂ ਨਿੱਜੀ ਤਸਵੀਰਾਂ ਜਾਰੀ ਕੀਤੀਆਂ ਸੁਖਦੇਵ ਸਿੰਘ ਦੀਆਂ ਅਤੇ ਉਹਨਾਂ ਦੇ ਪੁੱਤ ਦੀਆਂ, ਵੀ ਆਹ ਦੇਖੋ ਇਹ ਲੋਕ ਸਿੱਖੀ ਦੇ ਹਿਤੈਸ਼ੀ ਆ, ਇਹ ਲੋਕ ਤਾਂ ਨੰਗੇ ਹੋਏ ਬੈਠੇ ਆ। ਇਹਨਾਂ ਲੋਕਾਂ ਦੀਆਂ ਇਹ ਅਸ਼ਲੀਲ ਤਸਵੀਰਾਂ ਨੇ ਜਿਹੜੀਆਂ ਉਹ ਦੱਸਦੀਆਂ ਨੇ ਕਿ ਇਹਨਾਂ ਦੇ ਮਨਾਂ ਵਿੱਚ ਸਿੱਖੀ ਦਾ ਕੋਈ ਸਤਿਕਾਰ ਹੈ ਨਹੀਂ ਗਾ। ਨਾਲ ਹੀ ਵਲਟੋਹਾ ਸਾਹਿਬ ਨੇ ਇਹ ਗੱਲ ਕਹੀ ਹੈ ਕਿ ਅਸੀਂ ਇਸ ਮਾਮਲੇ ਨੂੰ ਅਕਾਲ ਤਖ਼ਤ ਦੇ ਉੱਤੇ ਲੈ ਕੇ ਜਾਵਾਂਗੇ ਅਤੇ ਇਹੋ ਜਿਹੇ ਪੰਥਕ ਆਗੂਆਂ ਨੂੰ ਪੰਥ ਦੇ ਵਿੱਚੋਂ ਬਾਹਰ ਕੱਢਣ ਦੀ ਗੱਲ ਕਰਾਂਗੇ। ਅਸੀਂ ਬੇਨਤੀ ਕਰਾਂਗੇ ਕਿ ਇਹੋ ਜਿਹੇ ਲੋਕ ਆ ਜਿਹੜੇ ਉਹ ਬਹੁਤ ਵੱਡਾ ਕਲੰਕ ਬਣ ਚੁੱਕੇ ਆ। ਦੂਜੀ ਖਬਰ ਇਹ ਆਈ ਹੈ, ਸੁਖਬੀਰ ਸਿੰਘ ਬਾਦਲ ਕਹਿੰਦੇ ਵੀ ਜਿਹੜੀ ਮੇਰੇ ਕਾਫਲੇ ਦੇ ਵੱਲ ਜੁੱਤੀ ਸੁੱਟੀ ਆ ਇਹ ਕਿਸੇ ਹੋਰ ਨੇ ਨਹੀਂ ਸੁੱਟੀ, ਇਹ ਤਾਂ ਸਰਕਾਰ ਨੇ ਸੁਟਵਾਈ ਆ, ਪੁਲਿਸ ਨੇ ਸੁਟਵਾਈ ਆ, ਇਹ ਤਾਂ SSP ਦੇ ਵੱਲੋਂ ਕਹਿ ਕੇ ਸੁਟਵਾਈ ਗਈ ਆ। ਇਹਨਾਂ ਗੱਲਾਂ ਨੂੰ ਸੁਣ ਸੁਣ ਕੇ ਲੋਕ ਹੈਰਾਨ ਆ, ਉਹ ਲੋਕ ਹੈਰਾਨ ਆ ਜਿਹੜੇ ਲੋਕ ਸਿਰ ਤੋਂ ਕੰਮ ਲੈਂਦੇ ਆ। ਜਿਹੜੇ ਲੋਕਾਂ ਨੇ ਇਹਨਾਂ ਰੈਲੀਆਂ ਦਾ ਸ਼ਿੰਗਾਰ ਬਣਨਾ ਉਹ ਨਾ ਪਹਿਲਾਂ ਸਿਆਣੇ ਸੀ ਨਾ ਅੱਜ ਆ, ਨਾ ਉਹਨਾਂ ਤੋਂ ਆਸ ਕਰਨੀ ਬਣਦੀ ਆ ਕਿ ਉਹ ਭਵਿੱਖ ਦੇ ਵਿੱਚ ਕਦੇ ਸਿਆਣੇ ਹੋਣਗੇ। ਹੁਣ ਕਈ ਲੋਕ ਕਹਿਣਗੇ ਮਜਬੂਰੀ ਦੇ ਵਿੱਚ ਜਾਣਾ ਵੀ ਪੈਂਦਾ, ਅਸੀਂ ਤਾਂ ਜਾਣਾ ਨਹੀਂ ਸੀ ਚਾਹੁੰਦੇ, ਕਰਤਾਰ ਸਿੰਘ ਨੇ ਕਹਿਤਾ, ਮੈਂ ਜਾਣਾ ਨਹੀਂ ਸੀ ਚਾਹੁੰਦਾ, ਸ਼ਿੰਦੇ ਨੇ ਕਹਿਤਾ, ਬਸ ਨੱਕ ਨਮੂਜ ਰੱਖਣ ਦੇ ਲਈ ਜਾਣਾ ਪੈਂਦਾ। ਪਰ ਨਾ ਤਾਂ ਕਰਤਾਰ ਸਿੰਘ ਨੂੰ ਪਤਾ, ਨਾ ਜੰਟਾ ਸਿੰਘ ਨੂੰ ਪਤਾ, ਕਿਸੇ ਨੂੰ ਵੀ ਇਸ ਗੱਲ ਦੀ ਸਮਝ ਨਹੀਂ ਕਿ ਅੱਜ ਤੱਕ ਇਹਨਾਂ ਰੈਲੀਆਂ ਦੇ ਵਿੱਚੋਂ ਕੱਖ ਨਹੀਂ ਨਿਕਲਿਆ। ਪਰ ਅੱਜ ਫੱਟੀਆਂ ਪੋਚਣ ਦਾ ਦਿਨ ਵੀ ਸੀਗਾ। ਰਤਨ ਸਿੰਘ ਅਜਨਾਲਾ ਨੇ ਅੱਜ ਸੁਖਬੀਰ ਸਿੰਘ ਬਾਦਲ ਹੋਰਾਂ ਦੀ ਫੱਟੀ ਪੋਚ ਕੇ ਰੱਖ ਦਿੱਤੀ ਹੈ। ਉਹਨਾਂ ਨੇ ਕਿਹਾ ਬਈ ਜਿੱਤਣ ਦੇ ਲਈ ਮੁਕਾਬਲੇਬਾਜ਼ੀ ਦੇ ਵਿੱਚ ਪੈ ਕੇ ਸੁਖਬੀਰ ਸਿੰਘ ਬਾਦਲ ਆਪਣੇ ਨਿਸ਼ਾਨੇ ਤੋਂ, ਆਪਣੇ ਮਕਸਦ ਤੋਂ ਭਟ ਗਿਆ। ਉਹਨਾਂ ਨੇ ਇਹ ਵੀ ਗੱਲ ਕਹੀ ਆ ਕਿ ਅਸੀਂ ਨਹੀਂ ਇਸ ਰੈਲੀ ਰੂਲੀ ਦੇ ਵਿੱਚ ਜਾਣਾ, ਨਾ ਤਾਂ ਸੇਵਾ ਸਿੰਘ ਸੇਖਵਾਂ ਨੇ ਜਾਣਾ, ਨਾ ਰਤਨ ਸਿੰਘ ਅਜਨਾਲਾ ਨੇ ਜਾਣਾ ਅਤੇ ਨਾ ਰਣਜੀਤ ਸਿੰਘ ਬ੍ਰਹਮਪੁਰਾ ਨੇ ਜਾਣਾ। ਵਿਰਸਾ ਸਿੰਘ ਵਲਟੋਹਾ ਕਹੀ ਜਾਂਦੇ ਜੀ ਜਾਣਾ ਕਿਉਂ ਨਹੀਂ, ਇਹ ਸਾਰੇ ਆਉਣਗੇ, ਬੇਫਿਕਰੀ ਵਾਲੀ ਗੱਲ ਹੈ। ਪਰ ਇੱਕ ਹੋਰ ਵੀ ਖਬਰ ਆਈ ਹੈ ਕਿ ਸੁਖਪਾਲ ਸਿੰਘ ਖਹਿਰਾ ਦੇ ਵੱਲੋਂ ਜੋ ਆਪਣੇ ਸਾਥੀਆਂ ਨਾਲ ਮਿਲ ਕੇ ਕੋਟਕਪੂਰੇ ਦੇ ਵਿੱਚ ਰੋਸ ਪ੍ਰਦਰਸ਼ਨ ਕੀਤਾ ਜਾਣਾ, ਉਹਨੂੰ ਥੋੜ੍ਹਾ ਜਿਹਾ ਹੁਲਾਰਾ ਇਸ ਕਰਕੇ ਮਿਲਿਆ ਕਿਉਂਕਿ ਬਰਨਾਲੇ ਦਾ ਇੱਕ ਸੀਨੀਅਰ ਆਗੂ ਅੱਜ ਉਹਨਾਂ ਦੇ ਨਾਲ ਰਲ ਗਿਆ। ਭੋਲਾ ਸਿੰਘ ਹੋਰਾਂ ਦਾ ਨਾਂ ਹੈਗਾ ਅਤੇ ਸੁਖਪਾਲ ਸਿੰਘ ਹੋਰਾਂ ਨੇ ਕਿਹਾ ਕਿ ਇਹ ਹੈਗੇ ਆ ਸਾਬਕਾ ਚੇਅਰਮੈਨ ਵੀ ਅਤੇ ਇਹ ਸੀਨੀਅਰ ਅਕਾਲੀ ਆਗੂ ਆ ਅਤੇ ਸਾਨੂੰ ਬੜੀ ਤਾਕਤ ਮਿਲੀ ਹੈ ਇਸ ਗੱਲ ਦੇ ਨਾਲ। ਪਹਿਲਾਂ ਉਹਨਾਂ ਸਾਰੀਆਂ ਖਬਰਾਂ ਦਾ ਵੇਰਵਾ ਸਾਂਝਾ ਕਰਦੇ ਹਾਂ, ਬਾਅਦ ਵਿੱਚ ਕਰਾਂਗੇ ਟਿੱਪਣੀ। ਸੁਖਬੀਰ ਸਿੰਘ ਬਾਦਲ ਦੇ ਕਾਫਲੇ ਦੇ ਉੱਤੇ ਹੋਇਆ ਹਮਲਾ ਕਾਂਗਰਸ ਦੀ ਸਾਜਿਸ਼ ਹੈ, ਇਹ ਕਹਿਣਾ ਹੈ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ। ਬਾਦਲ ਹਲਕਾ ਮੌੜ ਮੰਡੀ ਅਤੇ ਤਲਵੰਡੀ ਵਿਖੇ 7 ਅਕਤੂਬਰ ਨੂੰ ਪਟਿਆਲਾ ਰੈਲੀ ਦੇ ਸੰਬੰਧ ਦੇ ਵਿੱਚ ਵਰਕਰਾਂ ਨਾਲ ਮੀਟਿੰਗ ਕਰਨ ਪਹੁੰਚੇ ਸਨ। ਬਾਦਲ ਨੇ ਕਿਹਾ ਕਿ ਜਿਸ ਤਰ੍ਹਾਂ ਅਬੋਹਰ ਅਤੇ ਫਰੀਦਕੋਟ ਰੈਲੀ ਵਿੱਚ ਭਰਵਾਂ ਇਕੱਠ ਹੋਇਆ ਸੀ, ਇਸੇ ਤਰ੍ਹਾਂ ਪਟਿਆਲੇ ਦੇ ਵਿੱਚ ਜਬਰ ਵਿਰੋਧੀ ਰੈਲੀ ਨੂੰ ਵੀ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲੇਗਾ। ਦੂਜੇ ਪਾਸੇ ਇਹ ਗੱਲ ਕਹੀ ਹੈ ਰਾਜਾ ਵੜਿੰਗ ਨੇ ਕਿ ਅਕਾਲੀ ਦਲ ਦੀਆਂ 18 ਰੈਲੀਆਂ ਦੇ ਬਰਾਬਰ ਕਾਂਗਰਸ ਦੀ ਕਿਲਿਆਂ ਵਾਲੀ ਪਿੰਡ ਦੇ ਵਿੱਚ ਕੀਤੀ ਜਾਣ ਵਾਲੀ ਰੈਲੀ ਹੋਵੇਗੀ। ਉਹਨਾਂ ਨੇ ਕਿਹਾ ਕਿ ਅਸੀਂ ਬਹੁਤ ਵੱਡੇ ਪੱਧਰ ਦੇ ਉੱਤੇ ਤਿਆਰੀਆਂ ਕੀਤੀਆਂ ਨੇ ਅਤੇ ਇਸ ਰੈਲੀ ਨੂੰ ਸਫਲ ਬਣਾਉਣ ਦੇ ਲਈ ਅਸੀਂ ਜੀ ਜਾਨ ਨਾਲ ਮਿਹਨਤ ਕੀਤੀ ਹੈ ਅਤੇ ਇਹ ਜਿਹੜੀ ਕਾਂਗਰਸ ਦੀ ਰੈਲੀ ਹੋਊਗੀ ਇਹ ਤਾਂ ਅਕਾਲੀਆਂ ਦਾ ਭੋਗ ਪਾਈ ਦੇਵੇਗੀ, ਇਹਦੇ ਵਿੱਚ ਕੋਈ ਦੋ ਰਾਇਆ ਨਹੀਂ, ਇਹਦੇ ਵਿੱਚ ਕੋਈ ਸ਼ੱਕ ਨਹੀਂ।
ਤੀਜੀ ਖਬਰ ਇਹ ਹੈ ਕਿ ਸੁਖਬੀਰ ਸਿੰਘ ਬਾਦਲ ਦੀ ਗੱਡੀ ਦੇ ਵੱਲ ਜੋ ਜੁੱਤੀ ਸੁੱਟੀ ਗਈ ਸੀ ਉਸ ਸਭ ਦੇ ਲਈ ਸੁਖਬੀਰ ਬਾਦਲ ਨੇ ਸੰਗਰੂਰ ਦੇ SSP ਨੂੰ ਜ਼ਿੰਮੇਵਾਰ ਕਿਹਾ। ਉਹਨਾਂ ਨੇ ਕਿਹਾ ਕਿ ਇਹ ਹਮਲਾ ਉਹਨਾਂ ਉੱਤੇ SSP ਸੰਦੀਪ ਕੁਮਾਰ ਗਰਗ ਦੇ ਇਸ਼ਾਰੇ ਉੱਤੇ ਹੋਇਆ। ਪੰਜਾਬ ਪੁਲਿਸ ਦੇ ਬਾਰੇ ਸਵਾਲ ਚੁੱਕਦੇ ਹੋਏ ਸੁਖਬੀਰ ਨੇ ਕਿਹਾ ਕਿ ਅਸੀਂ ਇਹੋ ਜਿਹੇ ਡਰਾਮਿਆਂ ਤੋਂ ਡਰਨ ਵਾਲੇ ਨਹੀਂ। ਦੱਸਣਾ ਬਣਦਾ ਕਿ 7 ਅਕਤੂਬਰ ਨੂੰ ਅਕਾਲੀਆਂ ਦੇ ਵੱਲੋਂ ਪਟਿਆਲੇ ਦੇ ਵਿੱਚ ਰੱਖੀ ਗਈ ਰੈਲੀ ਦੇ ਸੰਦਰਭ ਦੇ ਵਿੱਚ ਵੀਰਵਾਰ ਨੂੰ ਸੁਖਬੀਰ ਬਾਦਲ ਸੰਗਰੂਰ ਪਹੁੰਚੇ ਸਨ। ਸਿੱਖ ਜਥੇਬੰਦੀਆਂ ਨੇ ਕਾਲੀਆਂ ਝੰਡੀਆਂ ਦਿਖਾ ਕੇ ਉਹਨਾਂ ਦਾ ਵਿਰੋਧ ਕੀਤਾ ਸੀ ਅਤੇ ਇੱਕ ਸਿੱਖ ਆਗੂ ਦੇ ਵੱਲੋਂ ਸੁਖਬੀਰ ਦੀ ਗੱਡੀ ਦੇ ਵੱਲ ਜੁੱਤੀ ਤੱਕ ਸੁੱਟੀ ਗਈ ਸੀ। ਅਤੇ ਜੇਕਰ ਇੱਕ ਹੋਰ ਖਬਰ ਸਾਂਝੀ ਕੀਤੀ ਜਾਵੇ ਤਾਂ ਅਕਾਲੀ ਦਲ ਦੇ ਸੀਨੀਅਰ ਆਗੂ ਵਿਰਸਾ ਸਿੰਘ ਵਲਟੋਹਾ ਨੇ ਬਰਗਾੜੀ ਮੋਰਚੇ 'ਤੇ ਬੈਠੇ ਇੱਕ ਪੰਥਕ ਆਗੂ ਸੁਖਦੇਵ ਸਿੰਘ ਦੀਆਂ ਅਸ਼ਲੀਲ ਤਸਵੀਰਾਂ ਜਾਰੀ ਕੀਤੀਆਂ ਨੇ। ਸੁਖਦੇਵ ਸਿੰਘ ਅਤੇ ਉਸ ਦੇ ਪੁੱਤ ਦੀਆਂ ਇੱਕ ਔਰਤ ਦੇ ਨਾਲ ਇਤਰਾਜ਼ਯੋਗ ਤਸਵੀਰਾਂ ਜਾਰੀ ਕਰਦਿਆਂ ਵਲਟੋਹਾ ਨੇ ਕਿਹਾ ਜਿਹੜੇ ਲੋਕ ਬਰਗਾੜੀ ਵਿੱਚ ਮੋਰਚੇ 'ਤੇ ਬੈਠੇ ਨੇ ਉਹਨਾਂ ਦਾ ਚਰਿੱਤਰ ਹੁਣ ਸਾਰਿਆਂ ਦੇ ਸਾਹਮਣੇ ਆ ਚੁੱਕਾ ਹੈ ਅਤੇ ਅਜਿਹੇ ਮਾੜੇ ਅਕਸ ਵਾਲੇ ਲੋਕ ਸਿੱਖ ਨਹੀਂ ਹੋ ਸਕਦੇ। ਵਲਟੋਹਾ ਨੇ ਕਿਹਾ ਕਿ ਇਸ ਮਾਮਲੇ ਨੂੰ ਉਹ ਸ਼੍ਰੀ ਅਕਾਲ ਤਖ਼ਤ ਦੇ ਸਾਹਮਣੇ ਚੁੱਕਣਗੇ ਅਤੇ ਅਜਿਹੇ ਵਿਅਕਤੀਆਂ ਨੂੰ ਪੰਥ ਦੇ ਵਿੱਚੋਂ ਖਾਰਜ ਕਰਨ ਦੀ ਮੰਗ ਵੀ ਕਰਨਗੇ। ਅਤੇ ਇੱਕ ਹੋਰ ਜੋ ਖਬਰ ਹੈ ਉਹ ਰਤਨ ਸਿੰਘ ਅਜਨਾਲਾ ਦੇ ਹਵਾਲੇ ਨਾਲ ਹੈ। ਰਤਨ ਸਿੰਘ ਅਜਨਾਲਾ ਨੇ ਕਿਹਾ ਕਿ ਲੰਘੇ ਵੇਲੇ ਦੇ ਵਿੱਚ ਬਹੁਤ ਸਾਰੀਆਂ ਤਰੁੱਟੀਆਂ ਬਹੁਤ ਸਾਰੀਆਂ ਗਲਤੀਆਂ ਅਕਾਲੀ ਦਲ ਦੇ ਵੱਲੋਂ ਕੀਤੀਆਂ ਗਈਆਂ ਨੇ। ਉਹਨਾਂ ਨੇ ਕਿਹਾ ਕਿ ਸਿਰਫ਼ ਅਤੇ ਸਿਰਫ ਜਿੱਤਣ ਦੇ ਲਈ ਜੋ ਜੋ ਕੁਝ ਸੁਖਬੀਰ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਕੀਤਾ ਗਿਆ ਉਸੇ ਕਰਕੇ ਅੱਜ ਦੀ ਤਰੀਕ ਦੇ ਵਿੱਚ ਅਕਾਲੀ ਦਲ ਭਟਕ ਗਿਆ ਅਤੇ ਉਹਨਾਂ ਨੇ ਕਿਹਾ ਕਿ ਸੁਖਬੀਰ ਬਾਦਲ ਮੁੱਦਿਆਂ ਤੋਂ ਭਟਕਿਆ ਹੋਇਆ ਇਨਸਾਨ ਹੈ। ਇਸ ਖਬਰ ਦੇ ਉੱਤੇ ਟਿੱਪਣੀ ਕਰਦਿਆਂ ਦੋਸਤੋ ਪਹਿਲੀ ਗੱਲ ਤਾਂ ਅਸੀਂ ਕਹਾਂਗੇ ਕਿ ਜਿਸ ਤਰੀਕੇ ਦੇ ਨਾਲ ਰੈਲੀ ਰੈਲੀ ਦੀ ਖੇਡ ਚੱਲ ਰਹੀ ਹੈ ਇਹਦੇ ਵਿੱਚ ਪੰਜਾਬ ਦੇ ਮੁੱਦੇ ਦੱਬ ਗਏ ਸਾਰੇ ਦੇ ਸਾਰੇ। 7 ਤਰੀਕ ਤੋਂ ਬਾਅਦ ਇਹ ਮੁੱਦੇ ਫਿਰ ਜਿਉਂਦੇ ਹੋਣਗੇ ਜਾਂ ਨਹੀਂ ਜਿਉਂਦੇ ਹੋਣਗੇ ਇਹ ਰੱਬ ਜਾਣੇ, ਰਾਜਨੀਤਿਕ ਲੋਕ ਜਾਣਨ। ਪਰ ਜਿਹੜੇ ਕੁਝ ਕੁ ਲੋਕ ਪੰਜਾਬ ਦੇ ਵਿੱਚ ਸਿਰ ਤੋਂ ਕੰਮ ਲੈਣ ਵਾਲੇ ਆ ਜਾਂ ਦੁਨੀਆ ਦੇ ਵੱਖ ਵੱਖ ਹਿੱਸਿਆਂ ਦੇ ਵਿੱਚ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਫਿਕਰ ਕਰਨ ਵਾਲੇ ਆ ਉਹ ਇਸ ਗੱਲੋਂ ਬੇਹੱਦ ਹੈਰਾਨ ਆ ਕਿ ਜਿਹੜੇ ਲੋਕਾਂ ਨੇ ਇਹਨਾਂ ਰੈਲੀਆਂ ਦੇ ਵਿੱਚ ਸ਼ਿੰਗਾਰ ਬਣਨਾ, ਭਾਵੇਂ ਉਹ ਖੈਰੇ ਦਾ ਰੋਸ ਪ੍ਰਦਰਸ਼ਨ ਹੋਵੇ, ਭਾਵੇਂ ਅਕਾਲੀਆਂ ਦੀ ਰੈਲੀ ਹੋਵੇ, ਭਾਵੇਂ ਇਹ ਕਾਂਗਰਸੀਆਂ ਦੀ ਰੈਲੀ ਹੋਵੇ, ਭਾਵੇਂ ਭਗਵੰਤ ਮਾਨ ਦਾ ਇਕੱਠ ਹੋਵੇ, ਇਹਦੇ ਵਿੱਚੋਂ ਪੰਜਾਬ ਦੇ ਲਈ ਨਿਕਲਣਾ ਕੀ ਆ? ਬੇਅਦਬੀ ਨੂੰ ਇੱਕ ਫੁੱਟਬਾਲ ਬਣਾ ਲਿਆ ਗਿਆ। ਇਸ ਫੁੱਟਬਾਲ ਨੂੰ ਹਰ ਬੰਦਾ ਆਪਣੀ ਸਮਰੱਥਾ ਦੇ ਮੁਤਾਬਕ ਠੁੱਡ ਮਾਰ ਰਿਹਾ, ਇਹਨੂੰ ਉਛਾਲ ਰਿਹਾ, ਇਹਦੇ ਵਿੱਚੋਂ ਆਨੰਦ ਮਾਣ ਰਿਹਾ ਕਿ ਲੋਕ ਦੇਖੋ ਸਾਡੇ ਪਿੱਛੇ ਕਿੰਨੇ ਆ। ਲੋਕ ਵੀ ਉਹੋ ਜਿਹੀ ਹੈ ਜਿਨ੍ਹਾਂ ਨੇ ਕਦੇ ਗੁਰੂ ਗ੍ਰੰਥ ਸਾਹਿਬ ਜੀ ਦੀ ਸਤਿਕਾਰ ਦੀ ਗੱਲ ਨਹੀਂ ਕੀਤੀ, ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਸਿਰਫ ਰੱਟਾ ਹੀ ਲਾਉਣ ਦੀ ਕੋਸ਼ਿਸ਼ ਕੀਤੀ ਆ, ਕਦੇ ਸਿੱਖਿਆਵਾਂ ਦੇ ਉੱਤੇ ਤੁਰੇ ਨਹੀਂ। ਅੱਜ ਉਹ ਇਹਨਾਂ ਰੈਲੀਆਂ ਦੇ ਵਿੱਚ ਸ਼ਿੰਗਾਰ ਬਣਨਗੇ ਜਾਂ ਫਿਰ ਕੌੜੇ ਮਿੱਠੇ ਦੇ ਲਾਲਚ ਦੇ ਵਿੱਚ ਹੋ ਸਕਦਾ ਕਈ ਲੋਕ ਚਲੇ ਜਾਣ। ਪਰ ਜਿਹੜੀ ਗੱਲ ਵਿਰਸਾ ਸਿੰਘ ਵਲਟੋਹਾ ਨੇ ਕਹੀ ਹੈ ਮੈਨੂੰ ਨਿੱਜੀ ਤੌਰ ਦੇ ਉੱਤੇ ਉਹਦੇ 'ਤੇ ਬੜੀ ਹੈਰਾਨੀ ਹੋਈ ਹੈ। ਉਹਨਾਂ ਨੇ ਕਿਹਾ ਵੀ ਜਿਹੜਾ ਸੁਖਦੇਵ ਸਿੰਘ ਅਤੇ ਉਹਦਾ ਪੁੱਤ ਬਰਗਾੜੀ ਦੇ ਮੋਰਚੇ ਦੇ ਵਿੱਚ ਬੈਠਾ ਇਹਦੀਆਂ ਅਸ਼ਲੀਲ ਨੰਗੀਆਂ ਤਸਵੀਰਾਂ ਸਾਡੇ ਸਾਹਮਣੇ ਆ ਅਤੇ ਇਹ ਬੰਦੇ ਤਾਂ ਸਿੱਖ ਹੋ ਹੀ ਨਹੀਂ ਸਕਦੇ। ਵਲਟੋਹਾ ਸਾਹਿਬ ਨੂੰ ਇੱਕ ਸਵਾਲ ਕਰਨਾ ਬਣਦਾ ਹੈ ਵੀ ਜਦੋਂ ਅਕਾਲੀ ਦਲ ਦਾ ਕੋਈ ਆਗੂ ਕਿਸੇ ਗੈਰ ਔਰਤ ਦੇ ਨਾਲ ਫੜਿਆ ਜਾਂਦਾ ਹੈ ਅਤੇ ਬਾਅਦ ਦੇ ਵਿੱਚ ਉਹਦੀਆਂ ਤਸਵੀਰਾਂ ਜਾਰੀ ਹੋ ਜਾਂਦੀਆਂ, ਆਪਾਂ ਉਹਦੇ ਬਾਰੇ ਕਦੇ ਥਰਮਾਮੀਟਰ ਲਾ ਕੇ ਪੁੱਛਿਆ ਹੁੰਦਾ ਵੀ ਜਾਂ ਜਾਣਿਆ ਹੁੰਦਾ ਕਿ ਇਹ ਬੰਦਾ ਅਸਲ ਸਿੱਖ ਹੈ ਜਾਂ ਅਸਲ ਸਿੱਖ ਨਹੀਂ ਹੈ, ਮੈਂ ਅੰਦਰੋਂ ਕੀ ਹਾਂ, ਤੁਸੀਂ ਅੰਦਰੋਂ ਕੀ ਹਾਂ, ਇਹਦੇ ਬਾਬਤ ਮੌਕਾ ਹੀ ਦੱਸਦਾ, ਕੋਈ ਸਾਡੇ ਨਾਲ ਤੁਰਿਆ ਫਿਰਦਾ ਹੋਵੇ ਇਹਦੇ ਬਾਬਤ ਕਿਸੇ ਨੂੰ ਕੋਈ ਜਾਣਕਾਰੀ ਨਹੀਂ ਹੁੰਦੀ। ਉਸ ਔਰਤ ਨੂੰ ਤਾਂ ਕੋਈ ਇਤਰਾਜ਼ ਨਹੀਂ ਜਿਹੜੀ ਕਿ ਉਹਨਾਂ ਵਿਅਕਤੀਆਂ ਦੇ ਨਾਲ ਹੈ, ਅਤੇ ਆਪਾਂ ਨੂੰ ਇਤਰਾਜ਼ ਜ਼ਰੂਰ ਹੋਇਆ ਕਿ ਭਾਈ ਸਿੱਖੀ ਖਤਮ ਹੋ ਰਹੀ ਹੈ, ਇਹ ਤਾਂ ਸਿੱਖੀ ਦੇ ਉੱਤੇ ਹਮਲਾ ਹੋ ਗਿਆ। ਸ਼ਾਇਦ ਵਲਟੋਹਾ ਸਾਹਿਬ ਜਾਣਦੇ ਨਹੀਂ ਕਿ ਕੁਝ ਕੁ ਵਰੇ ਪਹਿਲਾਂ ਸ਼੍ਰੋਮਣੀ ਕਮੇਟੀ ਦਾ ਇੱਕ ਸੀਨੀਅਰ ਆਗੂ ਸੀ, ਉਹ ਇੱਕ ਔਰਤ ਦੇ ਨਾਲ ਇੱਕ ਕਮਰੇ ਦੇ ਵਿੱਚ ਫੜਿਆ ਗਿਆ, ਲੋਕਾਂ ਨੇ ਉਹਨੂੰ ਫੜਿਆ, ਉਹਦੀਆਂ ਤਸਵੀਰਾਂ ਨਸ਼ਰ ਹੋਈਆਂ, ਉਹਦੇ ਕਈ ਅੰਦਰੂਨੀ ਕੱਪੜੇ ਆ ਜਿਹੜੇ ਉਹ ਵੀ ਆਮ ਲੋਕਾਂ ਦੇ ਹੱਥ ਦੇ ਵਿੱਚ ਆ ਗਏ ਸੀ, ਅਤੇ ਬਾਅਦ ਦੇ ਵਿੱਚ ਖਬਰਾਂ ਬਹੁਤ ਕਿਸਮ ਦੀਆਂ ਬਣੀਆਂ ਉਸ ਔਰਤ ਦੇ ਨਾਲ ਉਹਦੀਆਂ, ਅਤੇ ਉਹਨੂੰ ਨਗਨ ਅਵਸਥਾ ਦੇ ਵਿੱਚ ਘੁੰਮਣ ਦਾ ਮੌਕਾ ਵੀ ਮਿਲਿਆ ਸੀ ਅਤੇ ਘੁਮਾਇਆ ਵੀ ਸੀ ਕਈਆਂ ਨੇ। ਅੱਜ ਕੱਲ੍ਹ ਉਹ ਇੱਕ ਸੀਨੀਅਰ ਅਧਿਕਾਰੀ ਬਣਿਆ ਹੋਇਆ। ਸੋ ਜਦੋਂ ਇਹੋ ਜਿਹੀਆਂ ਖਬਰਾਂ ਆਉਂਦੀਆਂ ਉਦੋਂ ਆਪਾਂ ਸਿੱਖੀ ਦੀ ਗੱਲ ਨਹੀਂ ਕਰਦੇ, ਅਤੇ ਜਦੋਂ ਬਰਗਾੜੀ ਮੋਰਚੇ ਦੀ ਗੱਲ ਆਈ ਆਪਾਂ ਨੂੰ ਸਿੱਖੀ ਵੀ ਚੇਤੇ ਆ ਗਈ। ਇਹ ਮੈਨੂੰ ਥੋੜ੍ਹੀ ਜਿਹੀ ਹੈਰਾਨ ਕਰਨ ਦੀ ਖਬਰ ਜਾਪੀ ਹੈ, ਇਸ ਕਰਕੇ ਸਾਂਝੀ ਕੀਤੀ ਹੈ। ਅਤੇ ਰਹੀ ਗੱਲ ਸੁਖਬੀਰ ਸਿੰਘ ਬਾਦਲ ਦੀ, ਉਹਨਾਂ ਨੇ ਕਿਹਾ ਕਿ ਮੇਰੇ ਉੱਤੇ SSP ਦੇ ਵੱਲੋਂ ਹਮਲਾ ਕਰਵਾਇਆ ਗਿਆ। ਇਹ ਵੀ ਵੈਸੇ ਪੰਜਾਬ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੀ ਗੱਲ ਹੋਊਗੀ ਕਿ ਕਿਸੇ SSP ਨੇ ਕਿਸੇ ਆਮ ਬੰਦੇ ਨੂੰ ਕਿਹਾ ਹੋਵੇ ਵੀ ਆਓ ਜਾਂਦੀ ਸਾਬਕਾ ਉਪ ਮੁੱਖ ਮੰਤਰੀ ਦੀ ਗੱਡੀ ਉਹਦੇ ਵੱਲ ਜੁੱਤੀ ਸੁੱਟੋ। ਹੁਣ ਇਹ ਗੱਲ ਸੋਚ ਕੇ ਦੇਖੋ ਵੀ SSP ਇਹ ਗੱਲ ਕਿਉਂ ਕਹੂਗਾ? ਕੀ SSP ਇਸੇ ਕੰਮ ਦੇ ਉੱਤੇ ਹੀ ਹੈ? SSP ਦਾ ਜ਼ਿੰਮਾ ਹੁੰਦਾ ਸੂਬੇ ਦੇ ਵਿੱਚ ਨਹੀਂ, ਸਗੋਂ SSP ਦਾ ਜ਼ਿੰਮਾ ਹੁੰਦਾ ਕਿ ਪੂਰੇ ਜ਼ਿਲ੍ਹੇ ਦੇ ਵਿੱਚ ਸ਼ਾਂਤੀ ਬਣਾਈ ਰੱਖਣਾ। ਹੁਣ ਜੁੱਤੀਆਂ ਸਟਵਾਉਣਾ ਵੀ SSP ਦੇ ਹਿੱਸੇ ਦੇ ਵਿੱਚ ਪਾ ਦਿੱਤਾ ਆਪਾਂ, ਤਾਂ ਇਹ ਹੈਰਾਨੀ ਵਾਲੀ ਗੱਲ ਹੋਣੀ ਕੁਦਰਤੀ ਹੈ। ਰਤਨ ਸਿੰਘ ਅਜਨਾਲਾ ਹੋਰਾਂ ਨੇ ਜਿਹੜੀ ਗੱਲ ਕਹੀ ਹੈ ਉਹ ਸੱਚੀ ਮੁੱਚੀ ਵਿਚਾਰਨ ਵਾਲੀ ਹੈ ਕਿ ਅਕਾਲੀ ਦਲ ਆ ਜਿਹੜਾ ਉਹਨੂੰ ਕਿਸੇ ਨੇ ਬਾਹਰੋਂ ਆ ਕੇ ਨੁਕਸਾਨ ਨਹੀਂ ਪਹੁੰਚਾਇਆ।
ਅਸੀਂ ਭਟਕ ਗਏ ਹਾਂ ਆਪਣੇ ਰਸਤੇ ਤੋਂ ਅਤੇ ਅਸੀਂ ਇਸ ਰੈਲੀ ਦੇ ਵਿੱਚ ਨਹੀਂ ਜਾਣਾ। ਸੋ ਅੱਜ ਦਾ ਦਿਨ ਇੱਕ ਦੂਜੇ ਦੀਆਂ ਫੱਟੀਆਂ ਪੁੱਛਣ ਦੇ ਨਾਂ ਵੀ ਰਿਹਾ, ਇੱਕ ਦੂਜੇ ਦੇ ਉੱਤੇ ਉਲਾਂਭੇ ਮੜਨ ਦੇ ਨਾਂ ਵੀ ਰਿਹਾ। ਸੋ 7 ਤਰੀਕ ਤੱਕ ਇਹੀ ਕੁਝ ਹੋਣਾ। ਇਹਨੂੰ ਕਜੀਆ ਕਹਿ ਲਓ, ਇਹਨੂੰ ਸ਼ਕਤੀ ਪ੍ਰਦਰਸ਼ਨ ਕਹਿ ਲਓ, ਇਹਨੂੰ ਰੌਣਕ ਮੇਲਾ ਕਹਿ ਲਓ, ਜਾਂ ਇਹਨੂੰ ਬੇਅਦਬੀ ਦਾ ਫੁੱਟਬਾਲ ਕਹਿ ਲਓ, ਇਹ ਸਭ ਦੀ ਆਪੋ ਆਪਣੀ ਸੋਚ ਹੈ, ਸਭ ਦੀ ਆਪੋ ਆਪਣੀ ਮਰਜ਼ੀ ਹੈ। ਖਬਰਾਂ ਦੇ ਉੱਤੇ ਵਿਚਾਰ ਚਰਚਾ ਦੋਸਤੋ ਅਸੀਂ ਇਸੇ ਤਰੀਕੇ ਨਾਲ ਜਾਰੀ ਰੱਖਾਂਗੇ, ਪਰ ਪਹਿਲਾਂ ਲੈਣ ਛੋਟੀ ਜਿਹੀ ਬ੍ਰੇਕ। ਵਕਫੇ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਦੋਸਤੋ। ਕੁਝ ਹੋਰ ਖਬਰਾਂ ਦੇ ਉੱਤੇ ਟਿੱਪਣੀਆਂ ਕਰਦੇ ਹਾਂ। ਪਹਿਲੀ ਖਬਰ ਦੇ ਵਿੱਚ ਅਸੀਂ ਇਹ ਸਾਂਝ ਪਾਈ ਕਿ ਅੱਜ ਫੱਟੀਆਂ ਪੋਚਣ ਦਾ ਦਿਨ ਰਿਹਾ ਅਤੇ ਅੱਜ ਨਵਜੋਤ ਕੌਰ ਸਿੱਧੂ ਨੇ ਵੀ ਫੱਟੀ ਪੋਚਤੀ। ਵੈਸੇ ਤਾਂ ਆਪਾਂ ਜਾਣਦੇ ਹੀ ਹਾਂ ਕਿ ਨਵਜੋਤ ਸਿੰਘ ਸਿੱਧੂ ਦੇ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਰਿਸ਼ਤੇ ਕਿਹੋ ਜਿਹੇ ਆ। ਮਜਬੂਰੀ ਦੇ ਵਿੱਚ ਮੀਟਿੰਗਾਂ ਦੇ ਵਿੱਚ ਆਉਣਾ ਵੀ ਪੈਂਦਾ, ਇੱਕ ਦੂਜੇ ਦੀ ਸਲਾਮਤੀ ਦੀ ਗੱਲ ਵੀ ਕਰਨੀ ਪੈਂਦੀ ਹੈ, ਇੱਕ ਦੂਜੇ ਦੇ ਹੱਕ ਦੇ ਵਿੱਚ ਠੋਕ ਕੇ ਗੱਲ ਵੀ ਕਰਨੀ ਪੈਂਦੀ ਹੈ, ਕਿਉਂਕਿ ਇੱਕੋ ਪਾਰਟੀ ਦੇ ਵਿੱਚ ਆ, ਇੱਕੋ ਸਰਕਾਰ ਹੈ, ਇੱਕੋ ਸੂਬੇ ਦੇ ਵਿੱਚ ਆ, ਅਤੇ ਸਾਰਾ ਕੁਝ ਜਦੋਂ ਸਾਂਝਾ। ਇਸ ਕਰਕੇ ਗੱਲਾਂ ਬਾਤਾਂ ਕਈ ਵਾਰ ਵਿਚਾਰਧਾਰਕ ਤੌਰ ਦੇ ਉੱਤੇ ਭਾਵੇਂ ਮਤਭੇਦ ਹੋਣ, ਆਪਾਂ ਬਾਹਰ ਨਹੀਂ ਕੱਢ ਸਕਦੇ, ਉਹਦਾ ਨਿਕਲ ਜਾਂਦੀਆਂ ਕਈ ਵਾਰ, ਫਿਰ ਉਹਨਾਂ ਨੂੰ ਕਵਰ ਕਰਨਾ ਪੈਂਦਾ, ਉਹਨਾਂ ਦੇ ਉੱਤੇ ਪਰਦਾ ਪਾਉਣਾ ਪੈਂਦਾ। ਨਵਜੋਤ ਕੌਰ ਸਿੱਧੂ ਦੇ ਨਾਲ ਇੱਕ ਰਮਸਾ ਅਧਿਆਪਕ, ਜਿਹੜੇ ਕਿ ਪਿਛਲੇ ਦਿਨੀ ਆਪਾਂ ਜਾਣਦੇ ਹਾਂ ਕਾਫੀ ਸੰਘਰਸ਼ ਕਰਦੇ ਦੇਖੇ ਗਏ, ਅਤੇ ਲੰਘੇ ਕੱਲ੍ਹ ਕੈਬਨਿਟ ਦੀ ਮੀਟਿੰਗ ਹੋਈ ਸੀ ਜਿਹਦੇ ਵਿੱਚ 43,000 ਰੁਪਈਆ ਮਹੀਨਾ ਲੈਣ ਵਾਲੇ ਅਧਿਆਪਕਾਂ ਨੂੰ ਇਹ ਗੱਲ ਕਹੀ ਗਈ ਵੀ ਪੱਕੇ ਤੁਹਾਨੂੰ ਕਰ ਦਿੰਦੇ ਹਾਂ ਪਰ 15,000 ਰੁਪਈਆ ਮਹੀਨਾ ਤਨਖਾਹ ਦੇਵਾਂਗੇ। ਹੁਣ ਅਧਿਆਪਕ ਕਹਿੰਦੇ ਵੀ ਅਸੀਂ ਪ੍ਰਮੋਸ਼ਨ ਹੁੰਦੀ ਤਾਂ ਸੁਣੀ ਹੈ, ਡਿਮੋਸ਼ਨ ਹੁੰਦੀ ਪਹਿਲੀ ਵਾਰ ਸੁਣੀ ਹੈ, ਤੁਸੀਂ ਸਾਨੂੰ ਅੱਗੇ ਨਹੀਂ ਪਹੁੰਚਾਉਣਾ, 43 ਤੋਂ 55 ਨਹੀਂ ਕਰਨਾ, 50 ਨਹੀਂ ਕਰਨਾ, 60 ਨਹੀਂ ਕਰਨਾ, ਤੁਹਾਡੀ ਮਰਜ਼ੀ, ਪਰ 43 ਤੋਂ ਤੁਸੀਂ ਸਿੱਧਾ ਕੱਟ ਮਾਰ ਕੇ 15 ਦੇ ਉੱਤੇ ਲੈ ਆਓ, ਇਹ ਵੀ ਪੰਜਾਬ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੀ ਗੱਲ ਹੋਈ ਹੈ। ਸੋ ਇਹ ਜਿਹੜੀ ਗੱਲ ਹੈ ਇੱਕ ਰਮਸਾ ਅਧਿਆਪਕ ਦੇ ਵੱਲੋਂ ਟੈਲੀਫੋਨ ਦੇ ਉੱਤੇ, ਮੋਬਾਈਲ ਦੇ ਉੱਤੇ ਕੀਤੀ ਗਈ ਨਵਜੋਤ ਕੌਰ ਸਿੱਧੂ ਦੇ ਨਾਲ, ਅਤੇ ਨਵਜੋਤ ਕੌਰ ਸਿੱਧੂ ਨੂੰ ਮੌਕਾ ਚਾਹੀਦਾ ਸੀ, ਉਹਨਾਂ ਨੇ ਫੱਟੀ ਪੋਚਤੀ। ਵੈਸੇ ਵੀ ਉਹ ਪਿਛਲੇ ਕਈ ਦਿਨਾਂ ਤੋਂ ਕੈਪਟਨ ਸਰਕਾਰ ਦੀ ਫੱਟੀ ਪੋਚਣ 'ਤੇ ਲੱਗੇ ਆ। ਉਹਨਾਂ ਨੇ ਪਿਛਲੇ ਦਿਨੀ ਕਿਹਾ ਸੀ ਕਿ ਜੇਕਰ ਮੈਨੂੰ ਕੋਈ ਪੁੱਛੇ ਵੀ ਕੈਪਟਨ ਸਰਕਾਰ ਨੂੰ 10 ਦੇ ਵਿੱਚੋਂ ਕਿੰਨੇ ਅੰਕ ਦਿੰਦੇ ਆ, ਮੈਂ ਕਹੂੰਗੀ ਜੀ 4 ਦਿੰਦੇ ਆ। ਉਹਨਾਂ ਨੇ ਕਿਹਾ ਵੀ ਕੈਪਟਨ ਸਰਕਾਰ ਨੇ ਸਿਰਫ ਪੁਲੰਦੇ ਤਿਆਰ ਕੀਤੇ ਆ, ਕੰਮ ਕੱਖ ਨਹੀਂ ਕੀਤਾ। ਉਸ ਤੋਂ ਬਾਅਦ ਖਹਿਰਾ ਖੁਰਾ ਨੇ ਕਿਹਾ ਵੀ ਮੈਂ ਤਾਂ 0 ਹੀ ਦਿੰਦਾ, ਮੈਂ 4 ਵੀ ਨਹੀਂ ਦਿੰਦਾ। ਪਰ ਨਵਜੋਤ ਕੌਰ ਨੇ ਉਸ ਬੰਦੇ ਦੇ ਨਾਲ ਫੋਨ 'ਤੇ ਗੱਲਬਾਤ ਕਰਦਿਆਂ ਕਿਹਾ ਵੀ ਸਾਡੀ ਸਰਕਾਰ ਤਾਂ ਜਾਣ ਵਾਲੀ ਆ, ਅੱਜ ਭਲਕ ਇਹ ਤਾਂ ਡੁੱਬ ਗਈ ਸਮਝ ਲਓ। ਨਵਜੋਤ ਸਿੰਘ ਸਿੱਧੂ ਨੇ ਸਰਕਾਰ ਨੂੰ ਅਮੀਰ ਕਰਨ ਦੇ ਲਈ, ਸੂਬੇ ਨੂੰ ਅਮੀਰ ਕਰਨ ਦੇ ਲਈ ਬਹੁਤ ਸਾਰੇ ਸੁਝਾਅ ਦਿੱਤੇ ਸੀ, ਪਰ ਇਹਨਾਂ ਜ਼ਾਲਮਾਂ ਨੇ ਮੇਰੇ ਪਤੀ ਦੇਵ ਨੂੰ ਵੀ ਖੁੱਡੇ ਲਾ ਛੱਡਿਆ। ਪਹਿਲਾਂ ਰਿਪੋਰਟ ਸਾਂਝੀ ਕਰਦੇ ਹਾਂ, ਬਾਅਦ ਵਿੱਚ ਕਰਾਂਗੇ ਟਿੱਪਣੀ। ਪਿਛਲੇ ਹਫ਼ਤੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਪੰਜਾਬ ਸਰਕਾਰ ਨੂੰ ਅੱਧ ਨਾਲੋਂ ਵੀ ਘੱਟ ਅੰਕ ਦੇ ਕੇ ਡੂੰਘੀ ਸੱਟ ਮਾਰਨ ਤੋਂ ਬਾਅਦ ਹੁਣ ਕਥਿਤ ਤੌਰ ਦੇ ਉੱਤੇ ਆਡੀਓ ਕਲਿੱਪ ਨੇ ਕੈਪਟਨ ਸਰਕਾਰ ਦੀ ਫੱਟੀ ਪੋਚ ਦਿੱਤੀ ਹੈ। ਦਰਅਸਲ ਬੀਤੇ ਦਿਨ ਤੋਂ ਨਵਜੋਤ ਕੌਰ ਸਿੱਧੂ ਜ਼ਿਲ੍ਹੇ ਦੇ ਪਿੰਡ ਪੱਠਲਾਂ ਦੇ ਵਿੱਚ ਤਾਇਨਾਤ ਰਮਸਾ ਅਧਿਆਪਕ ਨਾਲ ਗੱਲਬਾਤ ਦੀ ਆਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਉਹ ਕਥਿਤ ਤੌਰ ਦੇ ਉੱਤੇ ਪੰਜਾਬ ਸਰਕਾਰ ਨੂੰ ਕੁਝ ਕੁ ਸਮੇਂ ਦੀ ਮਹਿਮਾਨ ਦੱਸਦੇ ਨੇ। ਅਧਿਆਪਕ ਕਮਲਦੀਪ ਸਿੰਘ ਦੇ ਦੱਸਣ ਮੁਤਾਬਕ ਉਹਨਾਂ ਨਵਜੋਤ ਸਿੰਘ ਸਿੱਧੂ ਦੀ ਸ਼ਮੂਲੀਅਤ ਵਾਲੀ ਕੈਬਨਿਟ ਸਬ ਕਮੇਟੀ ਦੇ ਵੱਲੋਂ SSA ਰਮਸਾ ਅਧਿਆਪਕਾਂ ਨੂੰ ਪੱਕਾ ਕਰਨ ਲਈ ਤਨਖਾਹ ਦੇ ਵਿੱਚ ਭਾਰੀ ਕਟੌਤੀ ਕੀਤੇ ਜਾਣ ਦੇ ਫੈਸਲੇ ਸੰਬੰਧੀ ਨਵਜੋਤ ਕੌਰ ਸਿੱਧੂ ਨਾਲ ਫੋਨ 'ਤੇ ਗੱਲ ਕੀਤੀ ਸੀ। ਉਹਨਾਂ ਕਿਹਾ ਕਿ ਅਸੀਂ ਸਿੱਧੂ ਮੈਡਮ ਨੂੰ ਦੱਸਿਆ ਕਿ ਉਹਨਾਂ ਦੇ ਪਤੀ ਦੀ ਸਰਕਾਰ ਉਹਨਾਂ ਦੀ ਤਨਖਾਹ 42,000 ਤੋਂ ਘਟਾ ਕੇ 15,000 ਰੁਪਏ ਕਰ ਰਹੀ ਹੈ, ਤਾਂ ਸਿੱਧੂ ਨੇ ਜਵਾਬ ਦਿੱਤਾ ਕਿ ਇਹ ਸਰਕਾਰ ਤਾਂ ਕੁਝ ਕੁ ਦਿਨਾਂ ਦੀ ਮਹਿਮਾਨ ਹੈ। ਨਵਜੋਤ ਕੌਰ ਸਿੱਧੂ ਦੀ ਇਸ ਆਡੀਓ ਦੇ ਵਿੱਚ ਉਹਨਾਂ ਇਹ ਵੀ ਕਹਿ ਦਿੱਤਾ ਕਿ ਜੇਕਰ ਪੰਜਾਬ ਸਰਕਾਰ ਦੇ ਮੰਤਰੀ ਖੁਦ ਖਾਣਾ ਬੰਦ ਕਰ ਦੇਣ ਤਾਂ ਪੰਜਾਬ ਦੇ ਕੋਲ ਪੈਸੇ ਦੀ ਕੋਈ ਕਮੀ ਨਹੀਂ ਹੋਏਗੀ। ਕਥਿਤ ਆਡੀਓ ਮੁਤਾਬਕ ਸਿੱਧੂ ਨੇ ਕਿਹਾ ਕਿ ਸਰਕਾਰ SSA ਰਮਸਾ ਅਧਿਆਪਕਾਂ ਦੀਆਂ ਤਨਖਾਹਾਂ ਵਿੱਚੋਂ ਵੀ 5,000 ਰੁਪਈਆ ਆਪਣੇ ਕੋਲ ਰੱਖ ਰਹੀ ਹੈ। ਉਹਨਾਂ ਨੇ ਕਿਹਾ ਕਿ ਸਰਕਾਰ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਘੱਟ ਤਨਖਾਹ ਦੇ ਵਿੱਚ ਲੋਕ ਆਪਣਾ ਗੁਜ਼ਾਰਾ ਕਿਵੇਂ ਕਰਨਗੇ। ਇਸ ਖਬਰ ਦੇ ਉੱਤੇ ਟਿੱਪਣੀ ਕਰਦਿਆਂ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ, ਅੱਜ ਜਦੋਂ ਪੱਤਰਕਾਰਾਂ ਨੇ ਸਵਾਲ ਕੀਤਾ ਨਵਜੋਤ ਸਿੰਘ ਸਿੱਧੂ ਨੂੰ ਵੀ ਤੁਹਾਡੀ ਘਰਵਾਲੀ ਤੁਹਾਡੀ ਵਹੁਟੀ ਇਸ ਤਰੀਕੇ ਦੇ ਨਾਲ ਬੋਲੀ ਆ, ਆਡੀਓ ਕਲਿੱਪ ਬੇਹੱਦ ਵਾਇਰਲ ਹੋ ਰਹੀ ਆ, ਤੁਸੀਂ ਇਹਦੇ ਬਾਰੇ ਕੀ ਕਹੋਗੇ, ਤਾਂ ਨਵਜੋਤ ਸਿੰਘ ਨੇ ਕਿਹਾ ਵੀ ਛੱਡੋ ਗੁਰੂ, ਇਹੋ ਜਿਹੀਆਂ ਛੋਟੀਆਂ ਮੋਟੀਆਂ ਗੱਲਾਂ ਹੁੰਦੀਆਂ ਰਹਿੰਦੀਆਂ, ਬਹੁਤ ਵੱਡੇ ਵੱਡੇ ਮਸਲੇ ਸਾਡੇ ਸਾਹਮਣੇ ਆ, ਇਹ ਆਡੀਓ ਕਲਿੱਪ ਕੋਈ ਬਹੁਤਾ ਵੱਡਾ ਵਿਸ਼ਾ ਹੈ ਨਹੀਂ ਗੀ, ਇਹਨੂੰ ਇੰਨੀ ਤੂਲ ਨਹੀਂ ਦੇਣੀ ਚਾਹੀਦੀ, ਇਹ ਕੋਈ ਮਸਲਾ ਹੀ ਹੈ ਨਹੀਂ ਗਾ ਉਹਨਾਂ ਦੀ ਨਜ਼ਰ ਦੇ ਵਿੱਚ। ਪਰ ਜੇਕਰ ਅਸੀਂ ਪੱਤਰਕਾਰ ਦੇ ਤੌਰ ਦੇ ਉੱਤੇ ਜਾਂ ਆਮ ਪੰਜਾਬੀ ਦੇ ਨਾਂ ਦੇ ਉੱਤੇ ਸੋਚੀਏ, ਤਾਂ ਨਵਜੋਤ ਕੌਰ ਨੇ ਜਿਹੜੀਆਂ ਗੱਲਾਂ ਕਹੀਆਂ ਉਹਨਾਂ ਗੱਲਾਂ ਦੇ ਵਿੱਚ ਕੁਝ ਹੱਦ ਤੱਕ ਸੱਚਾਈ ਵੀ ਹੈ। ਪੰਜਾਬ ਦੇ ਵਿੱਚ ਮੰਤਰੀ ਨੇ ਜਿਹੜੇ, ਉਹਨਾਂ ਦੀਆਂ ਤਨਖਾਹਾਂ ਵਧੀਆਂ ਹੋਈਆਂ, ਉਹਨਾਂ ਦੇ ਭੱਤਿਆਂ ਦੇ ਵਿੱਚ ਵਾਧਾ ਹੋ ਜਾਂਦਾ, ਉਹਨਾਂ ਨੂੰ ਸਿਕਿਉਰਿਟੀ ਮਿਲਦੀ ਹੈ, ਉਹਨਾਂ ਲਈ ਗੱਡੀਆਂ ਦਾ ਸੌਦਾ ਹੋ ਜਾਂਦਾ, ਉਹਨਾਂ ਦੇ ਲਈ ਬਹੁਤ ਸਾਰੀਆਂ ਹੋਰ ਸਹੂਲਤਾਂ ਹੁੰਦੀਆਂ,
ਪਰ ਜਦੋਂ ਅਸੀਂ ਮੁਲਾਜ਼ਮਾਂ ਨੂੰ ਪੱਕੇ ਕਰਨਾ ਉਦੋਂ ਕਹਿੰਦੇ ਖਜ਼ਾਨੇ ਦੀ ਹਾਲਤ ਮਾੜੀ ਹੈ। ਹੁਣ ਜੇਕਰ ਖਜ਼ਾਨੇ ਦੀ ਹਾਲਤ ਚੰਗੀ ਹੋਣ ਦੀ ਉਡੀਕ ਕਰਦੇ ਰਹੀਏ ਤਾਂ ਹੋ ਸਕਦਾ ਬੰਦੇ ਨੌਕਰੀ ਤੋਂ ਬਿਨਾਂ ਹੀ ਬੁੱਢੇ ਹੋ ਜਾਣ। ਜੇਕਰ ਅਸੀਂ ਉਡੀਕ ਕਰਦੇ ਰਹੀਏ ਤਾਂ ਹੋ ਸਕਦਾ ਪਤਾ ਨਹੀਂ ਕਿੰਨੀਆਂ ਕੁ ਸਰਕਾਰਾਂ ਬਦਲ ਜਾਣ। ਇਸ ਕਰਕੇ ਨਵਜੋਤ ਕੌਰ ਨੇ ਜਿਹੜੀਆਂ ਗੱਲਾਂ ਕਹੀਆਂ ਉਹ ਤਾਂ ਕੋਈ ਇਤਰਾਜ਼ਯੋਗ ਨਹੀਂ ਹੈ। ਉਹਨਾਂ ਨੇ ਗੱਲਾਂ ਤਾਂ ਸੱਚ ਕਹੀਆਂ, ਪਰ ਇਹ ਗੱਲ ਵੱਖਰੀ ਹੈ ਵੀ ਜਦੋਂ ਕੋਈ ਚੀਜ਼ ਵੀਡੀਓ ਬਣ ਜਾਂਦੀ ਹੈ ਜਾਂ ਆਡੀਓ ਬਣ ਜਾਂਦੀ ਹੈ ਕਿਸੇ ਜ਼ਿੰਮੇਵਾਰ ਵਿਅਕਤੀ ਦੀ ਬਣ ਜਾਂਦੀ ਹੈ, ਅਤੇ ਉਹ ਵੀ ਉਸ ਇਨਸਾਨ ਦੀ ਜਿਹਦਾ ਆਪਣਾ ਟੱਬਰ ਦਾ ਜੀ ਇੱਕ ਸਰਕਾਰ ਦੇ ਵਿੱਚ ਹੋਵੇ, ਫਿਰ ਇਹਦੀਆਂ ਖਬਰਾਂ ਜ਼ਰੂਰ ਬਣਦੀਆਂ। ਉੱਦਾਂ ਵੈਸੇ ਜੇਕਰ ਅਸੀਂ ਥੋੜ੍ਹਾ ਜਿਹਾ ਪਿਛਾਂਹ ਵੱਲ ਝਾਤ ਮਾਰ ਕੇ ਦੇਖੀਏ ਤਾਂ ਅੰਮ੍ਰਿਤਸਰ ਦੇ ਵਿੱਚੋਂ ਬਗਾਵਤੀ ਸੁਰਾਂ ਆਪਣੀ ਸਰਕਾਰ ਦੇ ਖਿਲਾਫ ਉੱਠਦੀਆਂ ਰਹੀਆਂ। ਤੁਸੀਂ ਪਿਛਲੀ ਸਰਕਾਰ ਦੇ ਵੱਲ ਝਾਤ ਮਾਰ ਕੇ ਦੇਖ ਲਓ, ਉਦੋਂ ਬੀਬੀ ਲਕਸ਼ਮੀ ਕਾਂਤਾ ਚਾਵਲਾ ਨੇ ਜਿਹੜੇ ਉਹਨਾਂ ਦੇ ਵੱਲੋਂ ਇਸੇ ਰੌਂ ਦੇ ਵਿੱਚ ਆ ਕੇ ਕਈ ਕਿਸਮ ਦੇ ਨੁਕਸ ਆਪਣੀ ਸਰਕਾਰ ਦੇ ਵਿੱਚ ਕੱਢੇ ਜਾਂਦੇ ਹੁੰਦੇ ਸੀ। ਉਹਨਾਂ ਦਾ ਵੱਡੇ ਹਿੱਸੇ ਦੇ ਵਿੱਚ ਸਤਿਕਾਰ ਵੀ ਬਣਿਆ, ਪਰ ਆਪਣੀ ਸਰਕਾਰ ਨੇ ਉਹਨਾਂ ਨੂੰ ਖੁੱਡੇ ਲਾ ਕੇ ਵੀ ਰੱਖਿਆ ਸੀ। ਹੁਣ ਉਸੇ ਤਰੀਕੇ ਦੇ ਨਾਲ ਨਵਜੋਤ ਕੌਰ ਸਿੱਧੂ ਨੇ ਜਿਹੜੇ ਉਹ ਆਪਣੀ ਹੀ ਸਰਕਾਰ ਦੇ ਵਿੱਚ ਕਈ ਕਿਸਮ ਦੇ ਨੁਕਸ ਕੱਢਦੇ ਆ। ਨਵਜੋਤ ਕੌਰ ਸਿੱਧੂ ਨੂੰ ਸਰਕਾਰ ਸਨਮਾਨ ਦਿੰਦੀ ਹੈ, ਉਸ ਵਕਤ ਵੀ ਫੋਟੋਆਂ ਛਪਦੀਆਂ, ਖਬਰਾਂ ਛਪਦੀਆਂ। ਉਸ ਤੋਂ ਬਾਅਦ ਆਪਾਂ ਜਾਣਦੇ ਹਾਂ ਵੀ ਨਵਜੋਤ ਸਿੰਘ ਸਿੱਧੂ ਕਹਿੰਦੇ ਵੀ ਸਨਮਾਨਾਂ ਦੀ ਲੋੜ ਕੋਈ ਨਹੀਂ। ਫਿਰ ਉਸ ਤੋਂ ਬਾਅਦ ਇਹ ਖਬਰਾਂ ਆਉਂਦੀਆਂ ਕਿ ਨਵਜੋਤ ਕੌਰ ਦੇ ਮਨ ਦੇ ਵਿੱਚ ਬਹੁਤ ਸਾਰੇ ਗਿਲੇ ਸ਼ਿਕਵੇ ਆ ਸਰਕਾਰ ਦੇ ਪ੍ਰਤੀ, ਉਹਨਾਂ ਦਾ ਪ੍ਰਗਟਾਵਾ ਵੀ ਕਰਦੇ ਆ। ਸੋ ਪ੍ਰਗਟਾਵਾ ਕਰਨਾ ਇਹ ਇੱਕ ਚੰਗੀ ਗੱਲ ਹੈ। ਜੋ ਕੁਝ ਪੰਜਾਬ ਦੇ ਵਿੱਚ ਚੱਲ ਰਿਹਾ ਉਹ ਸਭ ਨੂੰ ਦਿਸ ਰਿਹਾ, ਸਰਕਾਰ ਕਿੰਨਾ ਕੁਝ ਕਰ ਰਹੀ ਹੈ ਅਤੇ ਕਿਹਦੇ ਕਿਹਦੇ ਲਈ ਕਰ ਰਹੀ ਹੈ ਇਹ ਵੀ ਸਭ ਨੂੰ ਦਿਸ ਰਿਹਾ। ਪਰ ਇੱਕ ਥਾਂ ਦੇ ਉੱਤੇ ਜਾ ਕੇ ਬੰਦੇ ਦੀ ਬੇਵੱਸੀ ਵੀ ਹੁੰਦੀ ਹੈ। ਨਵਜੋਤ ਸਿੰਘ ਸਿੱਧੂ ਦੇ ਮੁਤਲਕ ਸਾਡੀ ਰਾਏ ਇਹ ਹੈ ਵੀ ਕੰਮ ਤਾਂ ਉਹ ਚੰਗਾ ਕਰਨ ਦੀ ਕੋਸ਼ਿਸ਼ ਕਰਦੇ ਕਈ ਵਾਰ, ਪਰ ਰਾਹ ਦੇ ਵਿੱਚ ਟੁੱਚਰ ਡਾਉਣ ਵਾਲੇ ਬਥੇਰੇ ਆ। ਉਹਨਾਂ ਦੀ ਆਪਣੀ ਸਰਕਾਰ ਦੇ ਵਿੱਚ ਬਹੁਤ ਸਾਰੇ ਇਹੋ ਜਿਹੇ ਆ ਜਿਹੜੇ ਉਹਨਾਂ ਨੂੰ ਪਸੰਦ ਨਹੀਂ ਕਰਦੇ, ਕਿਉਂਕਿ ਉਹ ਸਪਸ਼ਟਵਾਦੀ ਵੀ ਆ, ਉਹ ਹਰ ਥਾਂ ਦੇ ਉੱਤੇ ਬੋਲਣ ਵਾਲੇ ਆ, ਉਹ ਹਰ ਥਾਂ ਦੇ ਉੱਤੇ ਛਾਪਾ ਮਾਰਨ ਵਾਲੇ ਆ। ਜੇ ਉਹਨਾਂ ਨੇ ਕੇਬਲ ਦੇ ਬਾਰੇ ਗੱਲ ਤੋਰੀ ਕਿ ਕੇਬਲ ਮਾਫੀਆ ਹਟਾਉਣਾ, ਉਦੋਂ ਵੀ ਵਿੱਚ ਟੁੱਚਰ ਡੈਗੀ। ਜਦੋਂ ਉਹਨਾਂ ਨੇ ਇਹ ਗੱਲ ਕਹੀ ਕਿ ਅਸੀਂ ਨਜਾਇਜ਼ ਕਲੋਨੀਆਂ ਨੂੰ ਰੈਗੂਲਰ ਕਰਾਉਣਾ, ਉਦੋਂ ਵੀ ਟੁੱਚਰ ਡੈਗੀ। ਸੋ ਮਸਲਾ ਹਮੇਸ਼ਾ ਟੁੱਚਰ ਦਾ ਆਇਆ, ਅਤੇ ਹੁਣ ਵੀ ਜਿਸ ਤਰੀਕੇ ਦੇ ਨਾਲ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਇਹ ਗੱਲ ਕਹੀ ਆ ਵੀ ਸਿੱਧੂ ਨੂੰ ਕੀ ਪਤਾ, ਨਾ ਪੰਜਾਬ ਦੇ ਵਿੱਚ ਅਫੀਮ ਦੀ ਖੇਤੀ ਹੋਈ ਹੈ ਅਤੇ ਨਾ ਅਸੀਂ ਹੁਣ ਦੇਣੀ ਹੈ, ਇੱਕ ਨਸ਼ਾ ਬੰਦ ਕਰਕੇ ਦੂਜਾ ਸ਼ੁਰੂ ਕਰ ਦਈਏ, ਇਹਦੀ ਕੋਈ ਤੁੱਕ ਨਹੀਂ ਬਣਦੀ। ਯਾਨੀ ਕਿ ਵਿਚਾਰਧਾਰਕ ਮਤਭੇਦ ਆ ਜਿਹੜੇ ਉਹ ਜੇਕਰ ਸਰਕਾਰਾਂ ਦੇ ਮੰਤਰੀਆਂ ਦੇ ਵਿੱਚੋਂ ਖਤਮ ਨਹੀਂ ਹੋਣਗੇ ਤਾਂ ਫਿਰ ਖਬਰਾਂ ਚੰਗੇ ਤੋਂ ਉਲਟੀ ਆਉਣਗੀਆਂ। ਸੀਨੀਅਰ ਪੁਲਿਸ ਅਧਿਕਾਰੀ ਰਣਧੀਰ ਸਿੰਘ ਉੱਪਲ ਦੀਆਂ ਮੁਸ਼ਕਲਾਂ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ। ਪਿਛਲੇ ਦਿਨੀ ਆਪਾਂ ਜਾਣਦੇ ਹਾਂ ਕਿ ਸਿਮਰਜੀਤ ਸਿੰਘ ਬੈਂਸ ਦੇ ਨਾਲ ਇੱਕ ਕੁੜੀ ਆਈ ਸੀ ਅੰਮ੍ਰਿਤਸਰ ਦੀ, ਜਿਹੜੀ ਕਿ ਕਾਨੂੰਨ ਵਿਭਾਗ ਦੀ ਵਿਦਿਆਰਥਣ ਹੈ, ਉਹ ਲਾਅ ਕਰਦੀ ਹੈ, LLB ਕਰ ਰਹੀ ਹੈ। ਉਹਦੇ ਵੱਲੋਂ ਇਹ ਦੋਸ਼ ਲਗਾਏ ਗਏ ਸੀ ਕਿ ਉੱਪਲ ਦੇ ਵੱਲੋਂ ਮੇਰੇ ਨਾਲ ਪਿਸਤੌਲ ਦੇ ਜ਼ੋਰ ਦੇ ਉੱਤੇ ਬੜੀ ਵਾਰ ਸ਼ੋਸ਼ਣ ਕੀਤਾ ਗਿਆ, ਮੈਨੂੰ ਉਹਨੇ ਧਮਕੀਆਂ ਬੜੀਆਂ ਦਿੱਤੀਆਂ। ਉਸ ਤੋਂ ਬਾਅਦ ਪਰਚਾ ਦਰਜ ਹੋਇਆ ਉੱਪਲ ਦੇ ਉੱਤੇ, ਫਿਰ ਕਈ ਕਿਸਮ ਦੀਆਂ ਹੋਰ ਖਬਰਾਂ ਵੀ ਆਈਆਂ ਕਿ ਦਬਾਅ ਬਣਾਉਣ ਦੀ ਕਿਵੇਂ ਕੋਸ਼ਿਸ਼ ਚੱਲ ਰਹੀ ਹੈ। ਫਿਰ ਉੱਪਲ ਨੇ ਅਗਾਊਂ ਜ਼ਮਾਨਤ ਲੈਣ ਦੇ ਲਈ ਅਰਜ਼ੀ ਲਾ ਦਿੱਤੀ ਅਤੇ ਹੁਣ ਪਤਾ ਲੱਗਾ ਕਿ ਉਹਦੀ ਉਹ ਅਰਜ਼ੀ ਰੱਦ ਕਰ ਦਿੱਤੀ ਗਈ ਹੈ। ਉੱਪਲ ਦੀਆਂ ਮੁਸ਼ਕਲਾਂ ਹਾਲ ਦੀ ਘੜੀ ਵਧੀਆਂ ਹੋਈਆਂ ਜਾਪਦੀਆਂ, ਕੱਲ੍ਹ ਨੂੰ ਘੱਟ ਜਾਣ ਕੁਝ ਕਹਿ ਨਹੀਂ ਸਕਦੇ, ਜਾਂ ਹੋ ਸਕਦਾ ਕਿਸੇ ਮੋੜ ਦੇ ਉੱਤੇ ਜਾ ਕੇ ਕੋਈ ਸਮਝੌਤਾ ਹੋ ਜੇ। ਪਰ ਸਮਝੌਤੇ ਦੀ ਆਸ ਇਸ ਕਰਕੇ ਨਹੀਂ ਲੱਗਦੀ ਕਿਉਂਕਿ ਇਹਦੇ ਵਿੱਚ ਹੁਣ ਬੈਂਸ ਭਰਾਵਾਂ ਦਾ ਦਖਲ ਹੈ, ਅਤੇ ਜਿਹੜਾ ਵੇਰਵਾ ਸਾਡੇ ਤੱਕ ਰਿਪੋਰਟ ਦਾ ਪਹੁੰਚਿਆ ਉਹ ਇਸ ਤਰੀਕੇ ਨਾਲ ਕਿ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਪੰਜਾਬ ਦੇ ਐਡੀਸ਼ਨਲ ਇੰਸਪੈਕਟਰ ਜਨਰਲ ਆਫ ਪੁਲਿਸ ਰਣਧੀਰ ਸਿੰਘ ਉੱਪਲ ਦੀ ਜ਼ਮਾਨਤ ਪਟੀਸ਼ਨ ਨੂੰ ਅਦਾਲਤ ਨੇ ਅੱਜ ਖਾਰਜ ਕਰ ਦਿੱਤਾ। ਮਿਲੀ ਜਾਣਕਾਰੀ ਦੇ ਮੁਤਾਬਕ ਪੁਲਿਸ ਵੱਲੋਂ ਇੱਕ ਕਾਲਜ ਵਿਦਿਆਰਥਣ ਦੀ ਸ਼ਿਕਾਇਤ ਅਤੇ ਜਾਂਚ ਤੋਂ ਬਾਅਦ ਉੱਪਲ ਦੇ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ, ਜਿਸ ਨੂੰ ਲੈ ਕੇ ਸ਼ੁੱਕਰਵਾਰ AIG ਰਣਧੀਰ ਸਿੰਘ ਉੱਪਲ ਦੇ ਵਕੀਲ ਨੇ ਜ਼ਮਾਨਤ ਦੀ ਅਰਜ਼ੀ ਦਾਇਰ ਕੀਤੀ ਸੀ, ਜਿਸ ਨੂੰ ਅੰਮ੍ਰਿਤਸਰ ਦੀ ਜ਼ਿਲ੍ਹਾ ਸੈਸ਼ਨ ਅਦਾਲਤ ਨੇ ਖਾਰਜ ਕਰ ਦਿੱਤਾ। ਇਸ ਮਾਮਲੇ ਦੇ ਵਿੱਚ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ SS ਵਾਸਤਵਾ ਨੇ ਕਿਹਾ ਕਿ ਉੱਪਲ ਦੇ ਖਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਹੋਣ ਤੋਂ ਬਾਅਦ ਉਹ ਫਰਾਰ ਹੈ, ਜਿਸ ਕਰਕੇ ਪੁਲਿਸ ਦੇ ਵੱਲੋਂ ਉਹਦੇ ਖਿਲਾਫ਼ ਲੁੱਕਆਊਟ ਨੋਟਿਸ ਵੀ ਜਾਰੀ ਕੀਤਾ ਗਿਆ। ਇਸ ਦੇ ਨਾਲ ਹੀ ਉਸ ਦੇ ਦੋ ਹੋਰ ਸਾਥੀਆਂ ਦੇ ਉੱਤੇ ਵੀ ਮਾਮਲਾ ਦਰਜ ਕੀਤਾ ਗਿਆ। ਜ਼ਿਕਰਯੋਗ ਹੈ ਕਿ ਅੰਮ੍ਰਿਤਸਰ ਵਿੱਚ ਲਾਅ ਦੀ ਇੱਕ ਵਿਦਿਆਰਥਣ ਵੱਲੋਂ AIG ਰਣਧੀਰ ਸਿੰਘ ਉੱਪਲ ਉੱਤੇ ਸਰੀਰਕ ਸ਼ੋਸ਼ਣ ਦੇ ਗੰਭੀਰ ਦੋਸ਼ ਲਗਾਏ ਗਏ ਸਨ। ਇਸ ਸੰਬੰਧੀ ਵਿਦਿਆਰਥਣ ਨੇ ਪਿਛਲੇ ਦਿਨੀ ਮੀਡੀਆ ਦੇ ਸਾਹਮਣੇ ਆ ਕੇ ਇਸ ਗੱਲ ਦਾ ਖੁਲਾਸਾ ਵੀ ਕੀਤਾ ਸੀ। ਇਸ ਖਬਰ ਦੇ ਉੱਤੇ ਟਿੱਪਣੀ ਕਰਦਿਆਂ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਜਿਸ ਤਰੀਕੇ ਦੇ ਨਾਲ ਵਿਦਿਆਰਥਣ ਦੇ ਵੱਲੋਂ ਦੋਸ਼ ਲਾਏ ਗਏ ਇਹ ਕੋਈ ਪਹਿਲੀ ਵਾਰ ਨਹੀਂ ਸੀ। ਪਿਛਲੇ ਕੁਝ ਕੁ ਮਹੀਨਿਆਂ ਦੇ ਵਿੱਚ ਕਈ ਕੁੜੀਆਂ ਦੇ ਵੱਲੋਂ ਵੱਖ ਵੱਖ ਪੁਲਿਸ ਅਧਿਕਾਰੀਆਂ ਮੁਲਾਜ਼ਮਾਂ ਦੇ ਉੱਤੇ ਦੋਸ਼ ਲਾਏ ਗਏ ਆ। ਕਿਸੇ ਨੇ ਦੋਸ਼ ਲਾਇਆ ਕਿ ਮੈਨੂੰ ਨਸ਼ੇ ਦੀ ਚਾਟੇ ਇਸ ਵਿਅਕਤੀ ਨੇ ਲਾਇਆ, ਕਿਸੇ ਨੇ ਦੋਸ਼ ਲਾਇਆ ਜੀ ਮੈਨੂੰ ਵਿਆਹ ਦਾ ਝਾਂਸਾ ਦੇ ਕੇ ਭਰਮਾ ਕੇ ਅਤੇ ਸ਼ੋਸ਼ਣ ਕਰਦਾ ਰਿਹਾ, ਕਿਸੇ ਨੇ ਦੋਸ਼ ਇਹ ਲਾਇਆ ਜੀ ਕਿ ਮੇਰਾ ਫਲਾਣਾ ਕੰਮ ਕਰਵਾਉਣ ਦੇ ਬਦਲੇ ਇਹਨੇ ਮੇਰੇ ਨਾਲ ਸੰਬੰਧ ਕਾਇਮ ਕੀਤੇ ਅਤੇ ਬਾਅਦ ਦੇ ਵਿੱਚ ਮੈਨੂੰ ਬਲੈਕਮੇਲ ਕਰਦਾ ਰਿਹਾ। ਇਹ ਜਦੋਂ ਖਬਰਾਂ ਆਉਂਦੀਆਂ ਤਾਂ ਬਹੁਤ ਕੁਝ ਸੋਚਣ ਵਿਚਾਰਨ ਵਾਸਤੇ ਮਜਬੂਰ ਕਰਦੀਆਂ। ਪਹਿਲੀ ਨਜ਼ਰੇ ਇਹ ਜਾਪਦਾ ਕਿ ਜਿਹੜੀ ਖਾਕੀ ਆ ਇਹ ਦਾਗਦਾਰ ਹੋ ਗਈ ਆ, ਅਤੇ ਗੱਲ ਸੱਚੀ ਵੀ ਹੈ ਕਿ ਜੇਕਰ ਕਾਨੂੰਨ ਦੇ ਰਾਖੇ
ਇਸ ਤਰੀਕੇ ਦੇ ਨਾਲ ਮੌਕਾ ਤਾੜੂ ਬਣਨਗੇ ਵੀ ਜਿਹੜੀ ਵੀ ਕੋਈ ਦੁਖਿਆਰੀ ਔਰਤ ਸਾਡੇ ਟੇਟੇ ਚੜ੍ਹੀ, ਅਸੀਂ ਉਹਦੇ ਨਾਲ ਸ਼ੋਸ਼ਣ ਕਰਨਾ, ਅਸੀਂ ਉਹਦੇ ਨਾਲ ਸੰਬੰਧ ਬਣਾਉਣੇ ਆ, ਤਾਂ ਫਿਰ ਔਰਤਾਂ ਆਪਣੀ ਫਰਿਆਦ ਲੈ ਕੇ ਜਾਣਗੀਆਂ ਕਿਹਦੇ ਕੋਲ। ਗੱਲ ਇੱਕ ਉੱਪਲ ਦੀ ਨਹੀਂ, ਗੱਲ ਬਹੁਤ ਸਾਰੇ ਹੋਰ ਉੱਪਲਾਂ ਦੀ ਵੀ ਆ ਜਿਨ੍ਹਾਂ ਦਾ ਨਾਂ ਕਦੇ ਉਜਾਗਰ ਨਹੀਂ ਹੋਇਆ, ਭਾਵੇਂ ਉਹ ਪੰਜਾਬ ਦੇ ਸੀਨੀਅਰ ਅਧਿਕਾਰੀ ਹੋਣ, ਭਾਵੇਂ ਉਹ ਪੰਜਾਬ ਦੀ ਪੁਲਿਸ ਦੇ ਸੀਨੀਅਰ ਅਧਿਕਾਰੀ ਹੋਣ। ਸੋ ਇਹਨਾਂ ਦੇ ਉੱਤੇ ਜਦੋਂ ਦੋਸ਼ ਲੱਗਦੇ ਆ ਤਾਂ ਲੋਕ ਅੰਦਰੋਂ ਟੁੱਟ ਜਾਂਦੇ ਆ ਕਿ ਅਸੀਂ ਆਪਣੀ ਫਰਿਆਦ ਲੈ ਕੇ ਜਾਈਏ ਤਾਂ ਜਾਈਏ ਕਿਹਦੇ ਕੋਲ। ਮੈਂ ਅੱਗੇ ਵੀ ਇਹ ਗੱਲ ਕਹਿਣਾ ਹੁੰਦਾ ਕਿ ਜਦੋਂ ਵਿਧਾਇਕਾਂ ਦੇ ਕਹਿਣ ਦੇ ਉੱਤੇ ਥਾਣਿਆਂ ਦੇ SHO ਲੱਗਦੇ ਹੋਣ, ਉਦੋਂ ਆਪਾਂ ਇਨਸਾਫ ਦੀ ਆਸ ਕਿਵੇਂ ਰੱਖ ਸਕਦੇ ਹਾਂ ਕਿ ਇਹ ਪਾਰਦਰਸ਼ਤਾ ਦੇ ਨਾਲ ਕੰਮ ਕਰਦੇ ਹੋਣਗੇ। ਜਦੋਂ MLA ਦੇ ਕਹਿਣ ਦੇ ਉੱਤੇ ਤਹਿਸੀਲਦਾਰ ਲੱਗਦੇ ਹੋਣ, SDM ਬਣਾਉਣ ਦੇ ਵਿੱਚ ਬੰਦਿਆਂ ਦਾ ਯੋਗਦਾਨ ਹੋਵੇ ਇਹਨਾਂ ਸੀਨੀਅਰ ਨੇਤਾਵਾਂ ਦਾ, ਤਾਂ ਫਿਰ ਆਪਾਂ ਸਮਝ ਸਕਦੇ ਹਾਂ ਵੀ ਕਿਹੜੇ ਤਰੀਕੇ ਨਾਲ ਕੰਮ ਹੁੰਦਾ ਅਤੇ ਕਿਹਨੂੰ ਕਿਹਨੂੰ ਇਨਸਾਫ ਮਿਲ ਸਕਦਾ ਹੈ। ਸੋ ਉੱਪਲ ਹੋਰਾਂ ਦਾ ਇਹ ਅਧਿਕਾਰ ਸੀ ਕਿ ਉਹਨਾਂ ਨੇ ਅਗਾਊਂ ਜ਼ਮਾਨਤ ਦੀ ਅਰਜ਼ੀ ਲਾਈ, ਪਰ ਉਹਨਾਂ ਦੀ ਇਹ ਖਾਰਜ ਕਰ ਦਿੱਤੀ ਗਈ ਹੈ। ਇਹ ਵੀ ਉਹਨਾਂ ਦੇ ਅਧਿਕਾਰ ਦੇ ਵਿੱਚ ਸ਼ਾਮਿਲ ਹੈ ਕਿ ਹੁਣ ਉਹ ਹਾਈਕੋਰਟ ਦਾ ਦਰਵਾਜ਼ਾ ਖੜਕਾਉਣ। ਇਹ ਵੀ ਉਹਨਾਂ ਦੇ ਅਧਿਕਾਰ ਦੇ ਵਿੱਚ ਸ਼ਾਮਿਲ ਹੈ ਕਿ ਉਹ ਅੱਗੇ ਤੋਂ ਅੱਗੇ ਅਦਾਲਤਾਂ ਦੇ ਕੋਲੋਂ ਰਾਹਤ ਦੀ ਮੰਗ ਕਰਨ, ਪਰ ਹਾਲੇ ਤੱਕ ਉੱਪਲ ਸਾਹਿਬ ਲੁਕੇ ਹੋਏ ਆ। ਇਹ ਕਿੰਨੀ ਕੁ ਦੇਰ ਉੱਪਲਖੋਰੀ ਲੁਕੇ ਰਹਿਣਗੇ ਇਹ ਵਕਤ ਦੱਸੂਗਾ। ਖਬਰਾਂ ਦੇ ਉੱਤੇ ਵਿਚਾਰ ਚਰਚਾ ਦੋਸਤੋ ਹੋਰ ਵੀ ਕੀਤੀ ਜਾ ਸਕਦੀ ਸੀ, ਪਰ ਜੋ ਵਕਤ ਦੀ ਘਾਟ ਹੈ ਇਹ ਰੁਕਣ ਦਾ ਇਸ਼ਾਰਾ ਕਰ ਰਹੀ ਹੈ। ਕੱਲ੍ਹ ਨੂੰ ਇਸੇ ਵੇਲੇ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਅਸੀਂ ਮੁੜ ਹਾਜ਼ਰ ਹੋਵਾਂਗੇ। ਤੁਸੀਂ ਲਗਾਤਾਰ ਦੇਖਦੇ ਰਹੋ Prime Asia TV, ਤੁਹਾਡਾ ਆਪਣਾ ਤੁਹਾਡੇ ਲਈ। ਹੁਣ ਹਰ ਰੋਜ਼ ਆਪਣੇ ਫੇਵਰਿਟ ਸ਼ੋਅ ਦੇਖਣ ਲਈ ਹੋਵੇਗੀ ਭੱਜ ਨੱਠ, ਕਿਉਂਕਿ ਬ੍ਰਿਟ ਏਸ਼ੀਆ ਤੇ ਪ੍ਰਾਈਮ ਏਸ਼ੀਆ ਨੇ ਮਿਲਾ ਲਏ ਨੇ ਹੱਥ। ਹਰ ਰੋਜ਼ ਦੇਖੋ Prime Asia TV ਦੇ ਹਿੱਟ ਸ਼ੋਅਜ਼ ਹੁਣ ਬ੍ਰਿਟ ਏਸ਼ੀਆ TV ਤੇ। ਦੇਸ਼ ਦੁਨੀਆ ਦੀਆਂ ਖਬਰਾਂ ਲਈ ਪ੍ਰਾਈਮ ਨਿਊਜ਼ ਸਵੇਰੇ 7 ਵਜੇ, ਪ੍ਰਾਈਮ ਵੁਮਨ ਬੇਸਡ ਔਨ ਵੁਮਨਸ ਇਸ਼ੂਜ਼ ਸਵੇਰੇ 7:30 ਵਜੇ, ਕਲਚਰਲ ਸ਼ੋਅ ਵਿਦ ਮਿਊਜ਼ਿਕ ਪ੍ਰਾਈਮ ਜ਼ਿੰਦਗੀ ਸਵੇਰੇ 8 ਵਜੇ, ਰਿਲੀਜੀਅਸ ਇਸ਼ੂਜ਼ ਲਈ ਪ੍ਰਾਈਮ ਚਰਚਾ ਤੇ ਐਂਟਰਟੇਨਮੈਂਟ ਲਈ ਪ੍ਰਾਈਮ ਟਾਈਮ ਸਵੇਰੇ 9 ਵਜੇ, ਬੇਸਡ ਔਨ ਡੇਲੀ ਕਰੰਟ ਪੋਲੀਟੀਕਲ ਇਸ਼ੂਜ਼ ਪ੍ਰਾਈਮ ਫੋਕਸ ਸ਼ਾਮ 5 ਵਜੇ, ਜੱਜ ਦਾ ਵਿਚਾਰ ਮਿਊਜ਼ੀਕਲ ਕਾਮੇਡੀ ਸ਼ੋਅ ਐਂਡ ਇੰਟਰਵਿਊਜ਼ ਵਿਦ ਪੰਜਾਬੀ ਸਟਾਰਸ ਸ਼ਾਮ 6 ਵਜੇ, ਬੇਤੜਕ ਤੇ ਪੱਖਪਾਤ ਰਹਿਤ ਸੀਨੀਅਰ ਪੱਤਰਕਾਰ ਜਤਿੰਦਰ ਪੰਨੂ ਜੀ ਦਾ ਸ਼ੋਅ ਪ੍ਰਾਈਮ ਡਿਸਕਸ਼ਨ ਦੇਖੋ ਸ਼ਾਮ 7 ਵਜੇ, ਤੇ ਕੀ ਰਿਹਾ ਅਖਬਾਰਾਂ ਦੀਆਂ ਸੁਰਖੀਆਂ ਚ ਦੱਸਣਗੇ ਸਵਰਨ ਟੈਣਾ, ਖਬਰ ਦੀ ਖਬਰ ਸ਼ਾਮ 7:30 ਵਜੇ। ਸੋ 50 ਦੇ ਕਰੀਬ ਦੇਸ਼ਾਂ ਚ ਵਸਦੇ ਪੰਜਾਬੀਆਂ ਦੇ TV ਸੈਟਸ ਤੇ Sky TV ਚੈਨਲ 743, Virgin TV ਚੈਨਲ 840, Freeview ਚੈਨਲ ਨੰਬਰ 264 ਤੇ। ਬ੍ਰਿਟਿਸ਼ ਏਸ਼ੀਆ TV ਹੈ ਜਿੱਥੇ, Prime Asia TV ਹੈ ਉੱਥੇ।